ਮੈਂ ਤੁਹਾਡਾ ਸਵਾਗਤ ਸਾਡੀ ਗੱਲਬਾਤ ਦੇ ਵਿੱਚ ਕਰਨਾ ਚਾਹੁੰਦਾ ਕਿ ਮਸੀਹ ਨੂੰ ਦੂਜਿਆਂ ਨਾਲ ਕਿਵੇਂ ਵੰਡੀਏ। ਮੈਂ ਵੇਨ ਜਿਨਕਿਨਸ ਦੇ ਨਾਲ ਹਾਂ ਅਤੇ ਵੇਨ ਇਹ ਸਾਡਾ ਆਖਰੀ ਸੈਸ਼ਨ ਹੈ ਇਸ ਸਿਖਾਉਣ ਵਾਲੀ ਕਿਰਿਆ ਦੇ ਵਿੱਚ। ਅਸੀਂ ਇਹਨੂੰ ਸਿਖਾਉਣ ਵਾਲੀ ਕਿਰਿਆ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹੁਣ ਨਾ ਸਿਰਫ ਤੁਸੀਂ ਆਪ ਸਿੱਖਦੇ ਹੋ ਬਲਕਿ ਮਸੀਹ ਦੇ ਬਾਰੇ ਦੂਜਿਆਂ ਨੂੰ ਸਿਖਾਉਂਦੇ ਹੋ ਕਿ ਮਸੀਹ ਨੇ ਤੁਹਾਡੇ ਜੀਵਨ ਦੇ ਵਿੱਚ ਕੀ ਕੀਤਾ ਹੈ। ਸਾਡੇ ਆਖਰੀ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇੱਕ ਗੱਲਬਾਤ ਦੇ ਜਿਹੜੀ ਅਗਵਾਈ ਵਾਲੀ ਹੈ ਉਹਦੇ 'ਚ ਕੀ ਹੁੰਦਾ ਹੈ ਕਿ ਕਿਸੇ ਦੇ ਨਾਲ ਖੁਸ਼ਖਬਰੀ ਵੰਡਣ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਆਪਣਾ ਵਿਅਕਤੀਗਤ ਜਿਹੜਾ ਵਿਸ਼ਵਾਸ ਮਸੀਹ 'ਤੇ ਲਿਆਵੇ। ਅਸੀਂ ਚਾਰ ਗੱਲਾਂ ਦੇ ਨਾਲ ਖਤਮ ਕੀਤਾ ਸੀਗਾ ਕਿ ਪਰਮੇਸ਼ਵਰ ਦਾ ਤੁਹਾਡੀ ਜ਼ਿੰਦਗੀ ਲਈ ਮਕਸਦ, ਸਾਡੀ ਸਮੱਸਿਆ, ਪਰਮੇਸ਼ਵਰ ਦਾ ਸਮਾਧਾਨ ਅਤੇ ਮਨੁੱਖ ਦਾ ਪ੍ਰਤੀ ਉੱਤਰ ਖੁਸ਼ਖਬਰੀ ਦੇ ਪ੍ਰਤੀ। ਉੱਥੋਂ ਜਦੋਂ ਅਸੀਂ ਉਹਨਾਂ ਦੇ ਨਾਲ ਇਹ ਵੰਡ ਦਿੰਦੇ ਹਾਂ ਤਾਂ ਉਹ ਤੋਂ ਬਾਅਦ 'ਚ ਕੀ ਹੁੰਦਾ ਹੈ? ਮੈਂ ਸੋਚਦਾ ਜਦੋਂ ਤੁਸੀਂ ਇਸ ਅਧਿਆਏ ਦੇ ਵੰਡਣ ਦੇ ਅਖੀਰ ਵਿੱਚ ਆਉਂਦੇ ਹੋ, ਤੁਸੀਂ ਪੁੱਛਿਆ ਸੀ ਜਿਨ੍ਹਾਂ ਨੂੰ ਅਸੀਂ ਯੋਗਤਾ ਦੇ ਸਵਾਲ ਕਹਿੰਦੇ ਹਾਂ, ਇਸ ਗੱਲ ਦਾ ਯਕੀਨ ਬਣਾਓ ਕਿ ਅਸੀਂ ਗੱਲਬਾਤ ਕੀਤੀ ਹੈ। ਕੀ ਤੁਹਾਨੂੰ ਇਹ ਸਮਝ ਆ ਗਿਆ ਹੈ? ਉਸ ਪੁਆਇੰਟ 'ਤੇ ਕਹਿਣਗੇ ਹਾਂ ਸੈਮੀ ਸਮਝ ਆ ਗਿਆ ਹੈ। ਸਕਦਾ ਉਹਨਾਂ ਨੂੰ ਸਮਝ ਨਾ ਆਇਆ ਹੋਵੇ, ਇਹ ਨਾ ਪੁੱਛੋ ਕਿ ਉਹਨਾਂ ਨੂੰ ਕੀ ਸਮਝ ਨਹੀਂ ਆਇਆ, ਕਿਉਂਕਿ ਇਹ ਸ਼ੈਤਾਨ ਦੇ ਲਈ ਦਰਵਾਜ਼ਾ ਖੋਲ੍ਹਦਾ ਹੈ ਕਿ ਪਰਮੇਸ਼ੁਰ ਕਿਸੇ ਨੂੰ ਮਰਨ ਦੇਵੇਗਾ। ਤੁਸੀਂ ਜਾਣਦੇ ਹੋ ਉਹਨੇ ਕਦੇ ਇਹ ਸੁਣਿਆ ਨਹੀਂ ਸੀ। ਇਹਦੇ ਬਾਰੇ ਗੱਲਬਾਤ ਕਰਾਂਗੇ। ਉਹਨਾਂ ਪੁਆਇੰਟਾਂ ਵੱਲ ਪਿੱਛੇ ਮੁੜ ਕੇ ਵੇਖੋ ਕਿ ਇਹ ਕੀ ਦੱਸਦੇ ਨੇ ਪਰਮੇਸ਼ੁਰ ਦੀ ਯੋਜਨਾ ਬਾਰੇ ਤੁਹਾਡੀ ਜ਼ਿੰਦਗੀ ਵਿੱਚ ਕੀ ਹੈ। ਕੀ ਤੁਹਾਨੂੰ ਪਤਾ ਹੈ ਸਾਡੇ ਸਾਰਿਆਂ ਦੀ ਸਮੱਸਿਆ ਹੈ ਅਤੇ ਅਸੀਂ ਸਾਰੇ ਪਾਪੀ ਹਾਂ? ਕੀ ਤੁਹਾਨੂੰ ਸਮਝ ਹੈ ਕਿ ਪਰਮੇਸ਼ੁਰ ਨੇ ਰਾਹ ਤਿਆਰ ਕੀਤਾ ਹੈ? ਅਤੇ ਹੁਣ ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੁਸੀਂ ਮਸੀਹ 'ਤੇ ਭਰੋਸਾ ਰੱਖਣਾ? ਇਹਨਾਂ ਪੁਆਇੰਟਾਂ ਵਿੱਚੋਂ ਅਗਰ ਕੋਈ ਵੀ ਪੁਆਇੰਟ ਉਹ ਕਹਿੰਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦਾ, ਤਾਂ ਫਿਰ ਤੁਸੀਂ ਵਾਪਸ ਜਾ ਕੇ ਉਸ ਪੁਆਇੰਟ ਨੂੰ ਦੱਸੋ। ਅਗਰ ਉਹ ਕਹਿੰਦੇ ਆ ਹਾਂ ਮੈਨੂੰ ਸਮਝ ਆ ਗਿਆ ਹੈ, ਕੋਈ ਵੀ ਪੁਆਇੰਟ ਪਹਿਲਾਂ ਵਾਲਾ ਪਿੱਛੇ ਵਾਲਾ, ਜੇ ਅਗਰ ਉਹ ਕਹਿੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਤੁਸੀਂ ਪ੍ਰਭੂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂ। ਪ੍ਰਾਰਥਨਾ, ਤੁਸੀਂ ਉਸਨੂੰ ਆਪਣੇ ਦਿਲ ਵਿੱਚ ਬੁਲਾਓ ਅੱਜ ਇੱਥੇ ਹੀ। ਇਸ ਗੱਲ ਨੂੰ ਜਾਣ ਲਓ ਕਿ ਅਗਰ ਤੁਸੀਂ ਮਰ ਜਾਓਗੇ ਤਾਂ ਅੱਜ ਹੀ ਤੁਸੀਂ ਉਸ ਨਾਲ ਸਵਰਗ ਵਿੱਚ ਹੋਵੋਗੇ। ਤੁਸੀਂ ਇਹ ਕਰਨਾ ਚਾਹੋਗੇ? ਅਗਰ ਉਹ ਕਹਿੰਦਾ ਹੈ ਹਾਂ, ਪ੍ਰਾਰਥਨਾ ਜਿਹੜੀ ਅਸੀਂ ਇੱਕ ਸੈਂਪਲ ਪ੍ਰਾਰਥਨਾ ਦਿੱਤੀ ਹੈ, ਇਹ ਕੋਈ ਜਾਦੂ ਦੀ ਪ੍ਰਾਰਥਨਾ ਨਹੀਂ ਹੈ, ਇਹ ਤਾਂ ਰੱਬ ਨਾਲ ਗੱਲਬਾਤ ਕਰਨ ਦਾ ਤਰੀਕਾ ਹੈ। ਅਤੇ ਉਹ ਇਸੇ ਕਰਕੇ ਕਹਿੰਦਾ ਕਿ ਤੁਸੀਂ ਉਸ ਨੂੰ ਕਹੋ ਮੇਰੇ ਦਿਲ ਵਿੱਚ ਆਓ ਅਤੇ ਮੇਰੀ ਜ਼ਿੰਦਗੀ 'ਤੇ ਕੰਟਰੋਲ ਲਵੋ। ਅਤੇ ਅਸੀਂ ਇਹ ਕਿਵੇਂ ਕਰਦੇ ਹਾਂ? ਅਸੀਂ ਇਹ ਪ੍ਰਾਰਥਨਾ ਨਾ ਕਰਦੇ ਹਾਂ ਕਰਕੇ ਪ੍ਰਾਰਥਨਾ ਕਰੋ ਅਤੇ ਉਸਨੂੰ ਕਹੋ ਤੁਹਾਡੇ ਦਿਲ ਵਿੱਚ ਆਵੇ ਅਤੇ ਤੁਹਾਡੀ ਜ਼ਿੰਦਗੀ ਦਾ ਪ੍ਰਭੂ ਬਣੇ। ਤੇ ਬਾਈਬਲ ਕਹਿੰਦੀ ਹੈ ਦਿਲ ਨਾਲ ਵਿਸ਼ਵਾਸ ਕਰੋ, ਮੂੰਹ ਨਾਲ ਇਕਰਾਰ ਕਰੋ, ਮੂੰਹ ਨਾਲ ਜੋ ਵੀ ਪ੍ਰਭੂ ਦਾ ਨਾਮ ਲਵੇਗਾ, ਪ੍ਰਭੂ ਦੇ ਨਾਮ ਨੂੰ ਪੁਕਾਰੇ, ਬਚਾਇਆ ਜਾਵੇਗਾ ਤੇ ਅਸੀਂ ਉਹਨਾਂ ਨੂੰ ਉਹ ਜਗ੍ਹਾ ਤੇ ਲਿਆ ਰਹੇ ਹਾਂ। ਤੁਸੀਂ ਬਿਲਕੁਲ ਉਦਾਂ ਹੀ ਕਰੋ ਜਿਵੇਂ ਬਾਈਬਲ ਕਹਿੰਦੀ ਹੈ ਕਰਨ ਲਈ, ਪ੍ਰਭੂ ਦੇ ਨਾਮ ਤੇ। ਮੈਂ ਲੋਕਾਂ ਨੂੰ ਇਸ ਗੱਲ ਵਾਸਤੇ ਉਤਸ਼ਾਹਿਤ ਕਰਨਾ ਚਾਹੁੰਦਾ ਤੇ ਮੈਂ ਚਾਹੁੰਦਾ ਇਸ ਗੱਲ ਨੂੰ ਆਪਣੇ ਦਿਲਾਂ ਦੇ ਵਿੱਚ ਲੈ ਲੈਣ ਕਿ ਸਹੀ ਮੌਕੇ ਦੇ ਉੱਤੇ, ਅਤੇ ਅਸੀਂ ਗੱਲ ਕੀਤੀ ਸੀਗੀ ਮੌਕਿਆਂ ਦੇ ਬਾਰੇ 'ਚ ਕਿ ਜਦੋਂ ਸਹੀ ਮੌਕਾ ਆ ਜਾਵੇ ਤਾਂ ਉਸ ਵੇਲੇ ਉਹ ਮਸੀਹ ਨੂੰ ਦੂਜਿਆਂ ਦੇ ਨਾਲ ਵੰਡਣ, ਤੇ ਮੈਂ ਵਿਸ਼ਵਾਸ ਕਰਦਾ ਪਰਮੇਸ਼ੁਰ ਇਸ ਗੱਲ ਨੂੰ ਅੱਗੇ ਲੈ ਕੇ ਜਾਵੇਗਾ। ਇੱਥੇ ਅਸੀਂ ਕੁਝ ਕੀਤਾ ਹੈ ਅਤੇ ਤੁਸੀਂ ਇਹਨੂੰ ਵੇਖੋਗੇ ਸਾਡੇ ਐਪ ਦੇ ਵਿੱਚ। ਜੇਕਰ ਤੁਸੀਂ ਸਾਧਨਾ ਦੇ ਵਿੱਚ ਜਾਓ ਤੇ ਉੱਥੇ ਤੁਸੀਂ ਤਿੰਨ ਪ੍ਰਚਾਰਾਂ ਨੂੰ ਵੇਖੋਗੇ ਜੋ ਕਿ ਖੁਸ਼ਖਬਰੀ ਦੇ ਪ੍ਰਚਾਰ ਹਨ। ਤੁਸੀਂ ਸਾਧਨ ਕੇਂਦਰ ਦੇ ਵਿੱਚ ਜਾਓ ਤੇ ਉੱਥੇ ਤੁਸੀਂ ਉਹ ਪ੍ਰਚਾਰਾਂ ਨੂੰ ਵੇਖੋਗੇ ਜੋ ਕਿ ਤੁਹਾਡੀ ਭਾਸ਼ਾ 'ਚ ਨੇ, ਤੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ, ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ ਤਾਂ ਕਿ ਤੁਸੀਂ ਖੁਸ਼ਖਬਰੀ ਨੂੰ ਦੂਜਿਆਂ ਨਾਲ ਵੰਡ ਸਕੋ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਚੌਥਾ ਸੰਦੇਸ਼ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸਫ਼ਰ। ਅਤੇ ਉਹ ਜਿਹੜਾ ਸਫ਼ਰ ਵਾਲਾ ਵੀਡੀਓ ਹੈ ਉਹਦੇ ਵਿੱਚ ਇੱਕ ਵੀਡੀਓ ਹੈ, ਸੰਦੇਸ਼ ਹੈ, ਸੰਗੀਤ ਹੈ, ਅਤੇ ਮੈਂ ਸੋਚਦਾ ਕਿ ਪਰਮੇਸ਼ਵਰ ਉਹਨੂੰ ਜ਼ਰੂਰ ਇਸਤੇਮਾਲ ਕਰੇਗਾ ਕਿਉਂਕਿ ਬਹੁਤ ਕ੍ਰੀਏਟਿਵ ਹੈ। ਮੈਂ ਤੁਹਾਨੂੰ ਉਤਸ਼ਾਹਿਤ ਕਰਦਾ, ਤੁਸੀਂ ਇਹ ਕਰੋ ਖੁਸ਼ਖਬਰੀ ਦੇ ਪਰਚਿਆਂ ਦੀ ਤਰ੍ਹਾਂ ਅਤੇ ਵੀਡੀਓ ਦੀ ਫਾਰਮ ਵਿੱਚ। ਹਾਂ ਇਹ ਬਿਲਕੁਲ ਠੀਕ ਹੈ, ਵੀਡੀਓ ਦੇ ਰੂਪ ਦੇ ਵਿੱਚ, ਇਸ ਕਰਕੇ ਜ਼ਿਆਦਾ ਅੱਜ ਕੱਲ੍ਹ ਦੇ ਜ਼ਮਾਨੇ ਦਾ ਹੈ। ਇਹ ਉਹੀ ਸੰਦੇਸ਼, ਇਹਦੇ ਵਿੱਚ ਕੁਝ ਨਹੀਂ ਬਦਲਿਆ। ਅਸਲ ਦੇ ਵਿੱਚ ਇਹ ਪਰਮੇਸ਼ਵਰ ਦੇ ਨਾਲ ਸ਼ਾਂਤੀ ਵਾਲਾ ਸੰਦੇਸ਼ ਹੈ, ਇਹਦੇ ਵਿੱਚ ਕੁਝ ਨਹੀਂ ਬਦਲਿਆ ਹੈ, ਪਰ ਇਹ ਆਪਣੇ ਆਪ ਦੇ ਵਿੱਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਅਨੁਸਾਰ ਹੈ। ਜਦ ਲੋਕ ਵੰਡਣਾ ਸ਼ੁਰੂ ਕਰਦੇ ਨਾ ਤਾਂ ਮੇਰੇ ਵਾਸਤੇ ਇੱਕ ਉਤੇਜਨਾ ਵਾਲੀ ਗੱਲ ਹੈ, ਇਹ ਵਾਧੇ ਵਾਸਤੇ ਇੱਕ ਵੱਡੀ ਯੋਗਤਾ ਨੂੰ ਲਿਆਉਂਦਾ ਹੈ। ਲੋਕ ਦੂਜਿਆਂ ਨੂੰ ਮਸੀਹ 'ਚ ਲਿਆਉਣਾ ਸ਼ੁਰੂ ਕਰਦੇ ਨੇ ਅਤੇ ਫਿਰ ਉਹ ਦੂਜਿਆਂ ਨੂੰ ਸਿਖਾਉਂਦੇ ਨੇ ਕਿ ਕਿਵੇਂ ਉਹ ਦੂਸਰਿਆਂ ਨੂੰ ਮਸੀਹ 'ਚ ਲਿਆ ਸਕਦੇ ਨੇ। ਆਓ ਸਮਾਪਤੀ ਦੇ ਵਿੱਚ ਥੋੜ੍ਹਾ ਜਿਹਾ ਇਹਦੇ ਬਾਰੇ ਗੱਲ ਕਰੀਏ। ਹਾਂ ਸਾਡੀ ਜ਼ਿੰਮੇਵਾਰੀ ਹੈ, ਫਿਰ ਅਸੀਂ ਵਚਨ ਵਿੱਚ ਵੇਖਾਂਗੇ ਉਹ ਜੋ ਸਾਨੂੰ ਸੌਂਪੀ ਗਈ ਹੈ ਕਿ ਅਸੀਂ ਦੂਜਿਆਂ ਨੂੰ ਦੱਸੀਏ, ਜਿਹੜਾ ਦੂਜਾ ਤਿਮੋਥੀ 2:2 ਐਤ ਵਿੱਚ ਲਿਖਿਆ ਗਿਆ ਹੈ।
40 साल पहला मेरा एक प्रोफेसर सी जो ये कहता सी कि एक आत्मा नू जित्तन नालो आत्मा नू जित्तन वाले नू सिखाउणा ज़्यादा जरूरी है। तो यह गल मैं बड़े पर अखीर दे विच उहदी इह गल सही निकली जो उसने कहा सी। साडे कोल दो पास्टर ते दो आगू सन, अपने शहर बारे उन्हां दोनों की जिंदगी च बहुत बोझ सी। इत्थे पास्टर नंबर एक ते पास्टर नंबर दो, तुसी बाहर जाओ तुसी एक व्यक्ति नू मसीह लई जित्तो, मैं बाहर जाना मैं दूजे व्यक्ति नू मसीह लई जित्तां। असीं ओह वापस आए ते हुण उन्हां दी चर्च दी जिहड़ी संख्या डबल हो चुकी है, दुगनी हो चुकी। ਹੁਣ ਤੁਸੀਂ ਬਾਹਰ ਜਾਂਦੇ ਹੋ ਤੇ ਇੱਕ ਬੰਦੇ ਨੂੰ ਹੋਰ ਮਸੀਹ ਲਈ ਜਿੱਤਦੇ ਹੋ ਤੇ ਹੁਣ ਤੁਸੀਂ ਤਿੰਨ ਹੋ। ਇਸ ਦੀ ਬਜਾਏ ਕਿ ਮੈਂ ਇਕੱਲਾ ਬਾਹਰ ਜਾਵਾਂ, ਮੈਂ ਉਸ ਬੰਦੇ ਨੂੰ ਵੀ ਨਾਲ ਲੈ ਕੇ ਜਾਣਾ ਜਿਸ ਨੂੰ ਸਿਖਾਉਣਾ। ਅਸੀਂ ਬਾਹਰ ਜਾਂਦੇ ਹਾਂ ਤੇ ਇੱਕ ਇੱਕ ਬੰਦੇ ਨੂੰ ਹੋਰ ਮਸੀਹ 'ਚ ਲੈ ਕੇ ਆਉਂਦੇ ਹਾਂ ਤੇ ਹੁਣ ਅਸੀਂ ਚਾਰ ਹੋ ਗਏ ਹਾਂ, ਤੁਸੀਂ ਤਿੰਨ ਹੋ। ਅਤੇ ਤੇਜ਼ੀ ਨਾਲ ਵੱਧਦਾ ਹੈ ਤੇ ਤੁਸੀਂ ਬਾਹਰ ਜਾਓਗੇ, ਤੁਸੀਂ ਇੱਕ ਹੋਰ ਨੂੰ ਲੈ ਕੇ ਆਓਗੇ, ਤੁਸੀਂ ਚਾਰ ਹੋਵੋਗੇ, ਪਰ ਅਸੀਂ ਚਾਰ ਬਾਹਰ ਜਾਵਾਂਗੇ। ਅਤੇ ਹੁਣ ਅਸੀਂ ਚਾਰ ਬਾਹਰ ਜਾਵਾਂਗੇ ਤੇ ਚਾਰ ਹੋਰਾਂ ਨੂੰ ਲੈ ਕੇ ਆਵਾਂਗੇ। ਤੁਸੀਂ ਇੱਥੇ ਗੁਣਨ ਵੇਖਦੇ ਹੋ ਕਿਵੇਂ ਵਾਧਾ ਹੁੰਦਾ ਹੈ, ਕਿ ਜੋ ਕੋਈ ਨਵਾਂ ਵਿਸ਼ਵਾਸ ਵਿੱਚ ਆਉਂਦਾ ਹੈ ਉਸ ਨੂੰ ਸਿਖਾਓ ਕਿ ਕਿਵੇਂ ਉਹ ਆਪਣਾ ਵਿਸ਼ਵਾਸ ਵੰਡਣ ਤੇ ਦੂਜਿਆਂ ਦਾ। ਅਤੇ ਇੱਕ ਹੋਰ ਗੱਲ, ਇਹ ਬਹੁਤ ਹੀ ਜ਼ਿਆਦਾ ਵਚਨ ਦੇ ਅਨੁਸਾਰ ਹੈ ਕਿਉਂਕਿ ਰਸੂਲਾਂ ਦੇ ਕਰਤੱਵ 'ਚ ਲਿਖਿਆ ਹੈ ਕਿ 3000 ਲੋਕ ਕਲੀਸੀਆ ਦੇ ਨਾਲ ਜੁੜ ਗਏ। ਬਾਈਬਲ ਦੱਸਦੀ ਹੈ, ਫਿਰ ਤੁਸੀਂ ਲਗਾਤਾਰ ਇਸ ਵਚਨ ਨੂੰ ਵੇਖਦੇ ਹੋ ਕਿ ਪਰਮੇਸ਼ਵਰ ਦਾ ਵਚਨ ਵੱਧਦਾ ਗਿਆ ਅਤੇ ਫਿਰ ਇਹ ਕਿਰਿਆ ਹੁੰਦੀ ਹੈ ਕਿਉਂਕਿ ਉਹਨਾਂ ਦੇ ਵਾਸਤੇ ਉਹ ਮਸੀਹ ਦੇ ਵਿੱਚ ਆਏ ਤੇ ਮਸੀਹ ਦੇ ਵਿੱਚ ਵਧੇ ਅਤੇ ਇੱਕ ਇਹੋ ਜਿਹੀ ਜਗ੍ਹਾ ਤੇ ਜਿੱਥੇ ਉਹ ਦੂਜਿਆਂ ਨਾਲ ਮਸੀਹ ਨੂੰ ਵੰਡ ਸਕਣ। ਅਤੇ ਜੋ ਮਸੀਹ ਦੇ ਵਿੱਚ ਆਏ ਤੁਸੀਂ ਉਹਨਾਂ ਦੀ ਵਧਣ 'ਚ ਮਦਦ ਕਰਦੇ ਹੋ ਕਿ ਉਹ ਜਾ ਕੇ ਦੂਜਿਆਂ ਨੂੰ ਮਸੀਹ ਬਾਰੇ ਦੱਸਣ ਤੇ ਫਿਰ ਇਹ ਜਿਹੜਾ ਕੰਮ ਹੈ ਉਹ ਵੱਧਦਾ ਹੀ ਜਾਂਦਾ ਹੈ। ਮੈਂ ਸੋਚਦਾ ਸਾਨੂੰ ਇਹਨੂੰ ਗਵਾਉਣਾ ਨਹੀਂ ਚਾਹੀਦਾ, ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਮੇਰੇ ਲਈ ਬੜਾ ਉਤੇਜਨਾ ਭਰਿਆ ਹੈ ਕਿ ਮੈਂ ਮਸੀਹ ਨੂੰ ਦੂਜਿਆਂ ਨਾਲ ਵੰਡਾਂ, ਪਰ ਸਭ ਤੋਂ ਜ਼ਿਆਦਾ ਉਤੇਜਨਾ ਭਰਿਆ ਹੈ ਕਿ ਕੋਈ ਦੂਜਾ ਇਹ ਕੰਮ ਕਰੇ। ਹਾਂਜੀ, ਉਹ ਬੰਦਾ ਪੂਰੀ ਤਰ੍ਹਾਂ ਸਿੱਖਿਆ ਹੋਇਆ ਨਹੀਂ ਹੈ। ਕਹਿਣ ਦਾ ਮਤਲਬ ਹੈ ਕਿ ਕਿਰਿਆ ਹਲੇ ਪੂਰੀ ਨਹੀਂ ਹੋਈ ਹੈ। ਜਦੋਂ ਤੱਕ ਤੁਸੀਂ ਉਹਨਾਂ ਨੂੰ ਸਿਖਾਉਂਦੇ ਨਹੀਂ ਕਿ ਕਿਵੇਂ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਅਤੇ ਕਿਵੇਂ ਦੂਜਿਆਂ ਨੂੰ ਸਿਖਾਉਣਾ, ਅਤੇ ਇਸ ਤਰੀਕੇ ਨਾਲ ਹੀ ਤੁਹਾਡਾ ਗੁਣਨ ਹੁੰਦਾ ਹੈ। ਜਿਸ ਬੰਦੇ ਦੀ ਮਦਦ ਨਹੀਂ ਕਰਦੇ ਕਿ ਉਹ ਵਿਸ਼ਵਾਸ ਵਿੱਚ ਬਣਿਆ ਰਹੇ, ਬਲਕਿ ਉਹ ਆਪਣੇ ਵਿਸ਼ਵਾਸ ਨੂੰ ਦੂਜਿਆਂ ਨਾਲ ਵੰਡ ਸਕੇ। ਜਦ ਮੈਂ ਜਰਮਨੀ ਦੇ ਵਿੱਚ ਸੀ ਉੱਥੇ ਮੈਂ ਪਾਸਟਰ ਸੀ, ਹਾਲਾਂਕਿ ਮੈਂ ਬਹੁਤਾ ਸਮਾਂ ਪ੍ਰਚਾਰ ਕਰਿਆ ਪਰ ਥੋੜ੍ਹੇ ਸਮੇਂ ਦੇ ਵਾਸਤੇ ਮੈਂ ਪਾਸਟਰ ਵੀ ਸੀ। ਮੈਂ ਤੁਹਾਨੂੰ ਦੱਸ ਸਕਦਾ ਮੇਰੇ ਪ੍ਰਚਾਰ ਦੀ ਵਜ੍ਹਾ ਨਾਲ ਨਹੀਂ ਸੀ, ਮੇਰਾ ਇੱਕ ਮਿੱਤਰ ਸੀਗਾ ਜੋ ਕਿ ਅਮਰੀਕਾ ਦੀਆਂ ਕਲੀਸੀਆਵਾਂ ਦੇ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਸੀ ਅਤੇ ਉਹਨੇ ਮੈਥੋਂ ਮੇਰੇ ਕੁਝ ਪ੍ਰਚਾਰ ਮੰਗੇ ਤਾਂ ਕਿ ਉਹ ਮੈਨੂੰ ਪ੍ਰਚਾਰਕ ਦੇ ਤੌਰ 'ਤੇ ਬੁਲਾ ਸਕਣ। ਅਤੇ ਸੁਣ ਕੇ ਉਹ ਕਹਿਣ ਲੱਗਾ, ਨਹੀਂ ਧੰਨਵਾਦ, ਇਹ ਮੇਰਾ ਪ੍ਰਚਾਰ ਨਹੀਂ ਸੀਗਾ ਜਿਹਦੀ ਵਜ੍ਹਾ ਦੇ ਨਾਲ ਸਾਡਾ ਚਰਚ ਵਧਿਆ, ਜਿਹੜੀ ਵਜ੍ਹਾ ਦੇ ਨਾਲ ਸਾਡਾ ਚਰਚ ਵਧਿਆ ਮੈਂ ਲੋਕਾਂ ਨੂੰ ਸਿਖਾਉਣਾ ਸ਼ੁਰੂ ਕੀਤਾ ਕਿ ਕਿਵੇਂ ਉਹ ਪਰਮੇਸ਼ੁਰ ਨਾਲ ਸਮਾਂ ਬਿਤਾ ਸਕਦੇ ਨੇ ਅਤੇ ਉਹ ਜਿਉਂਦੇ ਹੋ ਗਏ। ਅਤੇ ਜਦ ਉਹ ਜਿਉਂਦੇ ਹੋ ਗਏ ਮੈਂ ਉਹਨਾਂ ਨੂੰ ਮਸੀਹ ਨੂੰ ਦੂਜਿਆਂ ਨਾਲ ਵੰਡਣਾ ਸਿਖਾਇਆ, ਜਿਵੇਂ ਅਸੀਂ ਇੱਥੇ ਸਿਖਾ ਰਹੇ ਹਾਂ ਕਿ ਗਵਾਹੀ ਕਿਵੇਂ ਸੁਣਾਈਏ, ਖੁਸ਼ਖਬਰੀ ਦਾ ਪ੍ਰਚਾਰ ਕਿਵੇਂ ਕਰੀਏ, ਅਤੇ ਫਿਰ ਉਹ ਦੂਜਿਆਂ ਨੂੰ ਮਸੀਹ 'ਚ ਲਿਆਉਣ ਲੱਗ ਪਏ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਹੁਣ ਮੈਂ ਚਾਹੁੰਦਾ ਤੁਸੀਂ ਉਹ ਕਰੋ ਜੋ ਮੈਂ ਤੁਹਾਡੇ ਨਾਲ ਕੀਤਾ ਉਹਨਾਂ ਨਾਲ ਜਿਨ੍ਹਾਂ ਤੁਸੀਂ ਮਸੀਹ 'ਚ ਲਿਆਂਦਾ ਹੈ। ਅਤੇ ਅਚਾਨਕ ਹੀ ਕਲੀਸੀਆ ਵਧਣੀ ਸ਼ੁਰੂ ਹੋ ਗਈ ਅਤੇ ਅਸੀਂ ਇੱਕ ਵਿਚਿੱਤਰ ਵਾਧੇ ਨੂੰ ਵੇਖਿਆ, ਇਹ ਪੂਰਾ ਜਿਹੜਾ ਵਾਧੇ ਦੀ ਕਿਰਿਆ ਦੇ ਵਿੱਚ। ਵੇਖੋ, ਅਸੀਂ ਇਸ ਗੱਲ ਤੋਂ ਇਹ ਗੱਲ ਸ਼ੁਰੂ ਕੀਤੀ ਸੀ ਕਿ ਤੁਹਾਡੇ ਅੰਦਰ ਬੋਝ ਹੈ, ਜੇ ਤੁਹਾਡੇ ਅੰਦਰ ਬੋਝ ਨਹੀਂ ਹੈ ਤਾਂ ਫਿਰ ਕੋਈ ਫਾਇਦਾ ਨਹੀਂ ਹੈ ਅਗਰ ਤੁਸੀਂ ਇਸਦਾ ਨਮੂਨਾ ਨਹੀਂ ਬਣਦੇ। ਇਹ ਸਹੀ ਗੱਲ ਹੈ ਅਤੇ ਸਾਡੀ ਆਸ ਇਹੀ ਹੈ ਅਤੇ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਇੱਕ ਵਾਧੇ ਵਾਲੇ ਉਹ ਲੋਕ ਬਣੋ। ਮੇਰੀ ਆਸ ਹੈ ਕਿ ਤੁਸੀਂ ਅਗਲੇ ਸਤਰ 'ਤੇ ਜਾਓਗੇ ਅਤੇ ਅਗਲਾ ਸਤਰ ਹੈ ਵਾਧੇ ਦਾ ਸਤਰ। ਪਰਮੇਸ਼ਵਰ ਤੁਹਾਨੂੰ ਵਰਤੇਗਾ, ਪਰਮੇਸ਼ਵਰ ਤੁਹਾਨੂੰ ਵਰਤਣਾ ਚਾਹੁੰਦਾ ਹੈ ਕਿ ਤੁਸੀਂ ਲਗਾਤਾਰ ਆਪਣੇ ਵਿਸ਼ਵਾਸ 'ਚ ਵਾਧੇ ਜਾਓ, ਕਿ ਤੁਸੀਂ ਇਹ ਜਗ੍ਹਾ 'ਤੇ ਆਓ ਜਿੱਥੇ ਤੁਸੀਂ ਮਸੀਹ 'ਚ ਲੋਕਾਂ ਨੂੰ ਲਿਆ ਸਕੋ ਅਤੇ ਫਿਰ ਉਹਨਾਂ ਦੀ ਵਿਸ਼ਵਾਸ 'ਚ ਵਧਣ 'ਚ ਮਦਦ ਕਰੋ ਕਿ ਉਹ ਵੀ ਇਹ ਕਰ ਸਕਣ। ਅਤੇ ਅਸੀਂ ਇਹ ਕਰਨ 'ਚ ਤੁਹਾਡੀ ਮਦਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਵਚਨ ਦੇ, ਯੇਸ਼ੂ ਦੀ ਖੁਸ਼ਖਬਰੀ ਦੇ ਵਾਧੇ ਵਾਲੇ ਵਿਅਕਤੀ ਬਣੋ। ਦੇਨ ਇਹ ਬਹੁਤ ਹੀ ਵਧੀਆ ਰਿਹਾ ਹੈ, ਧੰਨਵਾਦ ਮੇਰੇ ਵੀਰ ਕਿ ਤੁਸੀਂ ਆਏ, ਆਪਣਾ ਸਮਾਂ ਕੱਢ ਕੇ ਸਾਨੂੰ ਸਿਖਾਇਆ ਅਤੇ ਤੁਸੀਂ ਇਹਦੇ ਵਿੱਚ ਹਿੱਸੇਦਾਰ ਹੋਏ ਹੋ ਅਤੇ ਬਹੁਤ ਹੀ ਮਦਦਗਾਰ ਰਿਹਾ ਹੈ। ਮੈਂ ਵਿਸ਼ਵਾਸ ਕਰਦਾ ਤੁਹਾਡੇ 'ਚੋਂ ਕੁਝ, ਤੁਹਾਡੇ 'ਚੋਂ ਬਹੁਤੇ, ਤੁਹਾਡੇ ਵਿੱਚੋਂ ਬਹੁਤ ਸਾਰੇ ਕਿਸੇ ਨੂੰ ਮਸੀਹ 'ਚ ਲਿਆਉਣਗੇ ਅਤੇ ਉਹਨਾਂ ਨੂੰ ਸਿਖਾਉਣਗੇ ਕਿ ਉਹ ਵੀ ਇਹੀ ਕੰਮ ਕਰ ਸਕਣ।